ਪਰਮੇਸ਼ੁਰ ਸਭ ਕੁਛ ਦੇਣ ਵਾਲਾ ਸਾਨੂੰ, ਲੇਕਿਨ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਪਰਮੇਸ਼ੁਰ ਨੇ ਸਾਨੂੰ ਦਿੱਤਾ ਅਤੇ ਅਸੀਂ ਪਰਮੇਸ਼ੁਰ ਦਾ ਧੰਨਵਾਦ ਨਹੀਂ ਕੀਤਾ ਜਾਂਦਾ ਵਾ। ਸੰਗਤ ਦੇ ਵਿੱਚ ਜਾ ਕੇ, ਉੱਥੇ ਜਾ ਕੇ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਨੇ ਹਾਂ। ਦੂਸਰਾ, ਅਸੀਂ ਉੱਥੇ ਤਾਂ ਜਾਂਦੇ ਹਾਂ ਕਿ ਅਸੀਂ ਸਿੱਖ ਸਕੀਏ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀ ਸਕਦੇ ਹਾਂ, ਇਸ ਨੂੰ ਬਿਹਤਰ ਕਿਸ ਤਰ੍ਹਾਂ ਬਣਾ ਸਕਦੇ ਹਾਂ। ਉਹ ਅਸੀਂ ਤਾਲੀਮ ਉੱਥੇ ਜਾ ਕੇ ਅਸੀਂ ਹਾਸਿਲ ਕਰਨੀ ਹੈ। ਅਤੇ ਪਰਮੇਸ਼ੁਰ ਆਪਣਾ ਵਾਅਦੇ ਦਾ ਪੱਕਾ ਵਾ, ਉਹ ਆਪਣਾ ਵਾਅਦਾ ਯਾਦ ਰੱਖਦਾ ਵਾ। ਅਸੀਂ ਵੀ ਪਿਤਾ ਜੈਸੇ ਬਣਨਾ ਵਾ, ਕਿਉਂਕਿ ਵਚਨ ਦੇ ਵਿੱਚ ਲਿਖਿਆ ਵਾ, ਜਦੋਂ ਅਸੀਂ ਪੜ੍ਹਦੇ ਹਾਂ ਉਤਪਤ ਦੀ ਕਿਤਾਬ, ਉਹਦਾ ਪਹਿਲਾ ਬਾਬ, ਉਹਦੇ ਇੱਕ ਬਾਬ ਦੀ 26 ਆਏ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਤਾਂ ਉੱਥੇ ਲਿਖਿਆ ਕਿ ਪਰਮੇਸ਼ੁਰ ਨੇ ਕਿਹਾ ਕਿ ਆਓ ਅਸੀਂ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਈਏ, ਇਨਸਾਨ ਨੂੰ ਆਪਣੇ ਸਰੂਪ ਉੱਤੇ। ਅਸੀਂ ਇਹ ਦੇਖਦੇ ਹਾਂ ਕਿ ਇਨਸਾਨ ਦਾ ਜਾਂ ਇਨਸਾਨ ਨੂੰ ਪਰਮੇਸ਼ੁਰ ਨੇ ਕਿਉਂ ਬਣਾਇਆ ਵਾ। ਇਸ ਕਰਕੇ ਨਹੀਂ ਬਣਾਇਆ ਕਿ ਇਨਸਾਨ ਦੇ ਕੋਲੋਂ ਉਹ ਧੰਨਵਾਦ ਦਾ ਭੁੱਖਾ ਵਾ ਸਿਰਫ, ਜਾਂ ਉਹਦੀ ਤਾਰੀਫ ਦਾ ਭੁੱਖਾ ਵਾ। ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ ਵਾ, ਅਤੇ ਪਰਮੇਸ਼ੁਰ ਚਾਹੁੰਦਾ ਕਿ ਇਨਸਾਨ ਦੇ ਜ਼ਰੀਏ ਮੈਂ ਆਪਣੀ ਸ਼ਕਲ, ਆਪਣੀ ਸੂਰਤ ਪ੍ਰਗਟ ਕਰਾਂ। ਜੇ ਅਸੀਂ ਦੇਖਦੇ ਹਾਂ ਯੂਹੰਨਾ ਦੀ ਅੰਜੀਲ ਉਸਦਾ ਪਹਿਲਾ ਬਾਬ ਉਹਦੀ 18 ਆਇਤ, ਉੱਥੇ ਲਿਖਿਆ ਕਿ ਪਰਮੇਸ਼ੁਰ ਨੂੰ ਦੇਖਿਆ ਨਹੀਂ ਹੈ ਕਿਸੇ ਨੇ। ਬੋਲੋ, ਪਰਮੇਸ਼ੁਰ ਨੂੰ ਕਦੀ ਕਿਸੇ ਨੇ ਨਹੀਂ ਦੇਖਿਆ, ਲੇਕਿਨ ਇਕਲੌਤਾ ਬੇਟਾ, ਇਕਲੌਤਾ ਪੁੱਤਰ ਜਿਹੜਾ ਉਹਦੀ ਗੋਦ ਦੇ ਵਿੱਚ ਰਹਿੰਦਾ। ਗੋਦ ਦੇ ਵਿੱਚ ਰਹਿਣ ਦਾ ਕੀ ਅਰਥ ਆ? ਹੁਕਮ ਦੇ ਵਿੱਚ ਰਹਿਣਾ। ਬੋਲੋ, ਹੁਕਮ ਦੇ ਵਿੱਚ ਰਹਿਣਾ। ਇਕਲੌਤਾ ਪੁੱਤਰ ਜਿਹੜਾ ਉਹਦੀ ਗੋਦ ਦੇ ਵਿੱਚ ਰਹਿੰਦਾ ਵਾ, ਉਹਨੇ ਉਹਨੂੰ ਪ੍ਰਗਟ ਕੀਤਾ। ਯੂਹੰਨਾ ਦੀ ਅੰਜੀਲ ਪਹਿਲੇ ਬਾਬ ਦੀ 18 ਆਇਤ, ਯਿਸੂ ਮਸੀਹ ਨੇ ਪ੍ਰਗਟ ਕੀਤਾ। ਅਤੇ ਸਾਡਾ ਵੀ ਇਹੋ ਹੀ ਫਰਜ਼ ਵਾ ਕਿ ਅਸੀਂ ਵੀ ਯਿਸੂ ਮਸੀਹ ਦੇ ਜੈਸੇ ਚੱਲੀਏ, ਅਸੀਂ ਵੀ ਪਰਮੇਸ਼ੁਰ ਦੀ ਉਹ ਸ਼ਕਲ, ਉਹ ਸੂਰਤ ਜਿਹੜੀ ਉਹਨੇ ਸਾਡੇ ਵਿੱਚ ਰੱਖੀ ਆ, ਉਸਨੂੰ ਅਸੀਂ ਵੀ ਪ੍ਰਗਟ ਕਰੀਏ। ਜਿਹੜੇ ਲੋਕ ਪਰਮੇਸ਼ੁਰ ਦਾ ਡਰ ਰੱਖਦੇ ਆ, ਅਤੇ ਲਿਖਿਆ ਲੂਕਾ ਦੀ ਅੰਜੀਲ ਉਸਦਾ ਪਹਿਲਾ ਬਾਬ ਉਹਦੀ 50 ਆਇਤ। ਲੂਕਾ ਦੀ ਅੰਜੀਲ ਨਵੇਂ ਨਿਯਮ ਦੇ ਵਿੱਚ ਤੀਸਰੀ ਕਿਤਾਬ ਆ। ਲੂਕਾ ਦੀ ਅੰਜੀਲ ਪਹਿਲੇ ਬਾਬ ਦੀ 50 ਆਇਤ, ਉਹਦੇ ਵਿੱਚ ਲਿਖਿਆ ਵਾ, ਜਿਹੜੇ ਪਰਮੇਸ਼ੁਰ ਦਾ ਡਰ ਰੱਖਦੇ ਨੇ ਉਹਨਾਂ ਉੱਤੇ ਪਰਮੇਸ਼ੁਰ ਦੀ ਦਇਆ ਪੀੜ੍ਹੀਓ ਪੀੜ੍ਹੀ ਤੀਕ ਬਣੀ ਰਹਿੰਦੀ ਹੈ। ਕਦੋਂ ਤੀਕ? ਪੀੜ੍ਹੀਓ ਪੀੜ੍ਹੀ ਤੀਕ ਬਣੀ ਰਹਿੰਦੀ, ਯਾਨੀ ਕਿ ਜਨਰੇਸ਼ਨ ਟੂ ਜਨਰੇਸ਼ਨ ਉਹਦੀ ਦਇਆ, ਉਹਦਾ ਰਹਿਮ ਬਣਿਆ ਰਹਿੰਦਾ ਵਾ। ਇਸ ਕਰਕੇ ਅਸੀਂ ਪਰਮੇਸ਼ੁਰ ਦੇ ਡਰ ਦੇ ਵਿੱਚ ਰਹਿਣਾ ਵਾ। ਪਰਮੇਸ਼ੁਰ ਆਪਣੇ ਵਾਅਦੇ ਦਾ ਪੱਕਾ ਵਾ, ਉਹ ਵਫ਼ਾਦਾਰ ਵਾ, ਅਤੇ ਅਸੀਂ ਵੀ ਵਫ਼ਾਦਾਰ ਬਣਨਾ। ਬੋਲੋ, ਅਸੀਂ ਵੀ ਵਫ਼ਾਦਾਰ ਬਣਨਾ ਵਾ। ਅਤੇ ਸਭ ਤੋਂ ਜ਼ਰੂਰੀ ਚੀਜ਼ ਇਹ ਆ ਕਿ ਸਾਨੂੰ ਧੰਨਵਾਦ ਕਰਨ ਦੇ ਵਾਸਤੇ ਲਗਾਤਾਰ ਪੂਰੇ ਸਮੇਂ ਦੇ ਨਾਲ ਇਬਾਦਤ ਵਿੱਚ ਜਾਣਾ ਚਾਹੀਦਾ। ਕਿ ਇਨਸਾਨ ਤਾਂ ਵਫ਼ਾਦਾਰ ਨਹੀਂ ਆ, ਜੇ ਇੱਕ ਇਨਸਾਨ ਵਾ, ਅਤੇ ਜੇ ਉਹ ਕਹੇ ਕਿ ਮੈਂ ਕਿਸੇ ਦੂਸਰੇ ਇਨਸਾਨ ਨਾਲ ਪਿਆਰ ਕਰਨਾ, ਤਾਂ ਇਹ ਗਲਤ ਵਾ। ਹਾਂ, ਜੇ ਉਹ ਇਨਸਾਨ ਪਰਮੇਸ਼ੁਰ ਦੇ ਵਿੱਚ ਚੱਲਦਾ ਹੋਵੇ, ਇਮਾਨ ਦੇ ਰਸਤੇ 'ਤੇ ਚੱਲਦਾ ਹੋਵੇ, ਉਹਦੇ 'ਤੇ ਫਿਰ ਭਰੋਸਾ ਕੀਤਾ ਜਾ ਸਕਦਾ। ਕੀ ਕੀਤਾ ਜਾ ਸਕਦਾ? ਲੇਕਿਨ ਜਿੰਨੀ ਦੇਰ ਤੱਕ ਇਨਸਾਨ ਸੱਚਾਈ ਤੋਂ ਵਾਕਿਫ ਨਹੀਂ ਆ, ਜਿੰਨੀ ਦੇਰ ਤੱਕ ਇਨਸਾਨ ਪਰਮੇਸ਼ੁਰ ਤੋਂ ਵਾਕਿਫ ਨਹੀਂ ਆ, ਪਰਮੇਸ਼ੁਰ ਦੀ ਮੁਹੱਬਤ ਉਹਦੇ ਅੰਦਰ ਹੈ ਨਹੀਂ ਆ, ਉਨੀ ਦੇਰ ਤੱਕ ਜੇ ਉਹ ਕਵੇ ਕਿ ਉਹ ਕਿਸੇ ਇਨਸਾਨ ਨੂੰ ਪਿਆਰ ਕਰਦਾ, ਤਾਂ ਇਹ ਗੱਲ ਝੂਠ ਵਾ। ਕਿਉਂਕਿ ਇਨਸਾਨ ਦਾ ਪਿਆਰ ਜਿਹੜਾ ਸਵਾਰਥੀ ਅਤੇ ਮਤਲਬੀ ਹੁੰਦਾ ਵਾ, ਅਤੇ ਇਨਸਾਨ ਦੇ ਪਿਆਰ ਦੇ ਵਿੱਚ ਕੋਈ ਵੀ ਸ਼ਾਂਤੀ, ਤਸੱਲੀ, ਸਕੂਨ ਨਹੀਂ ਮਿਲਦਾ। ਜੇ ਅਸੀਂ ਕਹੀਏ ਕਿ ਦੁਨਿਆਵੀ ਚੀਜ਼ਾਂ ਦੇ ਵਿੱਚ, ਅਤੇ ਦੁਨਿਆਵੀ ਚੀਜ਼ਾਂ ਦੇ ਵਿੱਚ ਸਾਨੂੰ ਸਕੂਨ, ਉਹਨਾਂ ਦੇ ਵਿੱਚ ਵੀ ਸਾਨੂੰ ਸਕੂਨ ਨਹੀਂ ਮਿਲਦਾ, ਪਲ ਭਰ ਦੀ ਥੋੜ੍ਹੀ ਦੇਰ ਦੀ ਜਿਹੜੀ ਖੁਸ਼ੀ ਆ ਉਹ ਸਾਨੂੰ ਮਿਲਦੀ ਆ। ਫਿਲਹਾਲ ਅਸੀਂ ਦੇਖਾਂਗੇ ਕਿ ਇਨਸਾਨ ਦੇ ਪਿਆਰ ਦੇ ਵਿੱਚ ਅਤੇ ਪਰਮੇਸ਼ੁਰ ਦੇ ਪਿਆਰ 'ਚ ਫਰਕ ਦੇਖ ਰਹੇ ਸੀਗੇ। ਇਨਸਾਨ ਦਾ ਜਿਹੜਾ ਪਿਆਰ ਆ ਉਹ ਮਤਲਬੀ ਆ ਅਤੇ ਸਵਾਰਥੀ ਆ, ਲੇਕਿਨ ਪਰਮੇਸ਼ੁਰ ਦਾ ਜਿਹੜਾ ਪਿਆਰ ਆ ਉਹ ਸਵਾਰਥ ਅਤੇ ਮਤਲਬ ਵਾਲਾ ਨਹੀਂ ਆ। ਜਦੋਂ ਅਸੀਂ ਪੜ੍ਹਦੇ ਹਾਂ ਯੂਹੰਨਾ ਦੀ ਪਹਿਲੀ ਪੱਤਰੀ ਉਹਦੇ 4 ਬਾਬ ਉਹਦੀ 19 ਆਇਤ ਦੇ ਵਿੱਚ ਲਿਖਿਆ ਵਾ ਕਿ ਜੇ ਅਸੀਂ ਕਹੀਏ ਕਿ ਅਸੀਂ ਪਰਮੇਸ਼ੁਰ ਦੇ ਨਾਲ ਪਿਆਰ ਕਰਨੇ ਹਾਂ, ਤਾਂ ਇਹ ਵੀ ਗੱਲ ਠੀਕ ਨਹੀਂ ਆ, ਕਿਉਂਕਿ ਪਰਮੇਸ਼ੁਰ ਨੇ ਪਹਿਲਾਂ ਸਾਡੇ ਨਾਲ ਪਿਆਰ ਕੀਤਾ ਵਾ, ਅਤੇ ਫਿਰ ਅਸੀਂ ਉਹਦੇ ਨਾਲ ਕਰਨੇ ਹਾਂ। ਯਾਨੀ ਕਿ ਅਸੀਂ ਵੀ ਮਤਲਬ ਦੇਖਿਆ,
ਅਸੀਂ ਮਤਲਬ ਹਾਂ ਮਤਲਬ ਹੀ ਦੇਖਦੇ ਹਾਂ ਨਾ ਕਿ ਚਰਚ 'ਤੇ ਅਸੀਂ ਤਾਂ ਜਾਈਏ, ਸਾਨੂੰ ਪਰਮੇਸ਼ੁਰ ਪੈਸੇ ਵੀ ਸੁੱਟੇ ਉੱਤੋਂ, ਚਰਚ 'ਤੇ ਅਸੀਂ ਤਾਂ ਜਾਈਏ ਜੇ ਅਸੀਂ ਕਦੀ ਬਿਮਾਰ ਹੀ ਨਾ ਹੋਈਏ, ਹੈ ਨਾ। ਇਹ ਹੋ ਗਿਆ ਸਾਡਾ ਕੀ ਹੋ ਗਿਆ ਮਤਲਬ। ਲੇਕਿਨ ਪਰਮੇਸ਼ੁਰ ਦਾ ਪਿਆਰ ਮਤਲਬ ਹੀ ਨਹੀਂ ਹੈ, ਉਹਦਾ ਪਿਆਰ ਸਵਾਰਥੀ ਨਹੀਂ। ਯੂਹੰਨਾ ਦੀ ਅੰਜੀਲ 3:16 'ਚ ਲਿਖਿਆ ਕਿ ਪਰਮੇਸ਼ੁਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ, ਪਰਮੇਸ਼ੁਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ, ਇੱਕੋ ਇੱਕ ਪੁੱਤਰ ਸੀਗਾ ਉਹਦਾ, ਉਹ ਵੀ ਉਹਨੇ ਸਾਡੇ ਵਾਸਤੇ ਦੇ ਦਿੱਤਾ, ਕੁਰਬਾਨ ਹੋਣ ਲਈ ਦੇ ਦਿੱਤਾ, ਬਖਸ਼ ਦਿੱਤਾ। ਅਸੀਂ ਲਾਇਕ ਨਹੀਂ ਸੀਗੇ ਪਰਮੇਸ਼ੁਰ ਦੀ ਮੁਹੱਬਤ ਦੇ, ਲੇਕਿਨ ਫਿਰ ਵੀ ਉਹਨੇ ਸਾਨੂੰ ਆਪਣੇ ਪੁੱਤਰ ਨਾਲੋਂ ਜ਼ਿਆਦਾ ਅਹਿਮੀਅਤ ਦਿੱਤੀ, ਪੁੱਤਰ ਨਾਲੋਂ ਜ਼ਿਆਦਾ ਕੀਮਤੀ ਉਹਨੇ ਸਾਨੂੰ ਸਮਝਿਆ। ਸਾਡੇ ਵਿੱਚ ਸੱਚਾਈ ਦੇ ਪ੍ਰਤੀ ਮੁਹੱਬਤ ਹੋਣੀ ਚਾਹੀਦੀ ਆ। ਬਾਕੀ ਜੇ ਅਸੀਂ ਗੱਲ ਕਹੀਏ ਕਿ ਸਕੂਨ ਨਹੀਂ ਮਿਲਦਾ, ਮੈਨੂੰ ਸ਼ਾਂਤੀ ਨਹੀਂ ਮਿਲਦੀ ਦੁਨੀਆ ਦੇ ਕਿਸੇ ਰਿਸ਼ਤੇ ਦੇ ਵਿੱਚ, ਚਾਹੇ ਜਿੰਨਾ ਮਰਜ਼ੀ ਫੋਲ ਕੇ ਦੇਖ ਲਓ, ਸਕੂਨ ਸ਼ਾਂਤੀ ਤਸੱਲੀ ਨਹੀਂ ਮਿਲਦੀ ਕਦੀ ਵੀ। ਹਾਂ, ਜੇ ਕਿਸੇ ਦੇ ਵਿੱਚ ਸੱਚਾਈ ਦੇ ਵਾਸਤੇ ਮੁਹੱਬਤ ਹੋਵੇ, ਜੇ ਕਿਸੇ ਵਿੱਚ ਪਰਮੇਸ਼ੁਰ ਵਾਲੀ ਮੁਹੱਬਤ ਹੋਵੇ, ਸੱਚਾਈ ਦੇ ਨਾਲ ਜੁੜਿਆ, ਇਨਸਾਨ ਸੱਚਾਈ ਨੂੰ ਜਾਣਦਾ ਨਹੀਂ, ਸੱਚਾਈ ਤੋਂ ਵਾਕਫ ਨਹੀਂ ਆ, ਅਤੇ ਉਹਦੇ ਸਾਥ ਦੇ ਵਿੱਚ ਵੀ ਸਾਨੂੰ ਕਿਸੇ ਤਰ੍ਹਾਂ ਦਾ ਸਕੂਨ ਮਿਲਣ ਦੀ ਉਮੀਦ ਨਹੀਂ ਹੁੰਦੀ। ਇਨਸਾਨ ਇਸ ਕਰਕੇ ਬੇਚੈਨ ਰਹਿੰਦਾ ਵਾ ਕਿਉਂਕਿ ਜਿਹੜਾ ਉਹਦੇ ਅੰਦਰ ਜਿਸ ਚੀਜ਼ ਦੀ ਖੋਜ ਅਤੇ ਤਲਾਸ਼ ਅਤੇ ਪਿਆਸ ਲੱਗੀ ਰਹਿੰਦੀ ਹੈ ਨਾ ਉਹਦੇ ਅੰਦਰ, ਉਹ ਹੁੰਦਾ ਵਾ ਸ਼ਾਂਤੀ ਅਤੇ ਸਕੂਨ, ਜਿਹੜਾ ਕਿ ਉਹਨੂੰ ਚਾਹੀਦਾ ਵਾ। ਉਹ ਸ਼ਾਂਤੀ ਸਕੂਨ ਅਤੇ ਉਹ ਤਸੱਲੀ ਜਿਹੜੀ ਮਿਲਦੀ ਆ ਉਹਨੂੰ ਉਦੋਂ ਹੀ ਮਿਲਦੀ ਆ ਜਦੋਂ ਉਹ ਸੱਚ ਨੂੰ ਜਾਣਨਾ ਸ਼ੁਰੂ ਕਰਦਾ। ਕਿਹਨੂੰ ਜਾਣਨਾ? ਸੱਚ ਨੂੰ ਜਾਣਨਾ ਸ਼ੁਰੂ ਕਰਦਾ, ਅਤੇ ਪਰਮੇਸ਼ੁਰ ਸੱਚ ਵਾ। ਜਦੋਂ ਉਹ ਪਰਮੇਸ਼ੁਰ ਨੂੰ ਜਾਣਨਾ ਸ਼ੁਰੂ ਕਰਦਾ ਵਾ, ਉਹਨੂੰ ਫਿਰ ਸਕੂਨ ਸ਼ਾਂਤੀ ਤਸੱਲੀ ਮਿਲਣਾ ਸ਼ੁਰੂ ਹੁੰਦੀ ਆ। ਸਾਡੇ ਅੰਦਰ ਪਰਮੇਸ਼ੁਰ ਨੇ ਰੂਹ ਨੂੰ ਰੱਖਿਆ ਵਾ, ਅਤੇ ਉਹ ਜਿਹੜੀ ਰੂਹ ਆ ਪਰਮੇਸ਼ੁਰ ਦੇ ਵਿੱਚੋਂ ਨਿਕਲ ਕੇ ਆਈ ਆ, ਉਸ ਰੂਹ ਨੂੰ ਜ਼ਰੂਰਤ ਹੁੰਦੀ ਹੈ ਸਕੂਨ ਦੀ, ਸ਼ਾਂਤੀ ਦੀ ਜਾਂ ਤਸੱਲੀ ਦੀ, ਜਾਂ ਅਸੀਂ ਕਹਿ ਸਕਦੇ ਹਾਂ ਕਿ ਭਗਤੀ ਅਸੀਂ ਕਿਉਂ ਕਰਦੇ ਹਾਂ? ਰੂਹ ਦੀ ਨਜ਼ਾਤ ਵਾਸਤੇ। ਜਿਹੜੀ ਸੱਚੀ ਖੁਸ਼ੀ ਆ ਉਹ ਪਰਮੇਸ਼ੁਰ ਦੇ ਵਿੱਚ ਹੀ ਆ, ਜਾਂ ਪਰਮੇਸ਼ੁਰ ਨੂੰ ਜਾਣਦੇ ਰਹਿਣ ਦੇ ਵਿੱਚ ਹੀ ਆ ਕਿ ਉਸਨੂੰ ਅਸੀਂ ਪਹਿਚਾਣਦੇ ਰਹੀਏ, ਜਾਣਦੇ ਰਹੀਏ। ਜਦੋਂ ਅਸੀਂ ਪੜ੍ਹਦੇ ਹਾਂ ਫਿਲਪੀਓਂ 4:4, ਰਿਜੋਇਸ ਇਨ ਦਾ ਲਾਰਡ ਆਲਵੇ, ਅਗੇਨ ਆਈ ਸੇ ਰਿਜੋਇਸ, ਪ੍ਰਭੂ ਮੇ ਸਦਾ ਆਨੰਦਿਤ ਰਹੋ, ਬੋਲੋ ਪ੍ਰਭੂ ਮੇ ਸਦਾ ਆਨੰਦਿਤ ਰਹੋ, ਮੈਂ ਫਿਰ ਕਹਿਤਾ ਹੂੰ ਆਨੰਦਿਤ ਰਹੋ। ਦੂਸਰਾ ਸੀ ਇਹ ਦੇਖਣਾ ਵਾ ਕਿ ਜੇ ਸਾਨੂੰ ਦੁਨਿਆਵੀ ਚੀਜ਼ਾਂ ਦੀ ਕਮੀ ਆ ਰਹੀ ਆ, ਕਿਹਾ ਵਾ ਮੱਤੀ ਦੀ ਅੰਜੀਲ 6:33 ਆਇਤ ਦੇ ਵਿੱਚ ਕਿ ਪਹਿਲਾਂ ਤੁਸੀਂ ਉਹਦੇ ਧਰਮ ਅਤੇ ਉਹਦੇ ਰਾਜ ਦੀ ਖੋਜ ਕਰੋ, ਪਹਿਲਾਂ ਤੁਸੀਂ ਉਹਦੇ ਧਰਮ ਅਤੇ ਫਿਰ ਇਹ ਸਾਰੀਆਂ ਚੀਜ਼ਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ। ਜ਼ਬੂਰਾਂ ਦੀ ਪੋਥੀ ਉਹਦਾ 34:10 ਉਹਦੀ 10 ਆਇਤ, ਜੰਗਲ ਦੇ ਵਿੱਚ ਸ਼ੇਰ ਦੇ ਬੱਚੇ ਭੁੱਖੇ ਰਹਿ ਜਾਂਦੇ ਆ ਅਤੇ ਉਹਨਾਂ ਨੂੰ ਵੀ ਘਾਟਾ ਪੈਂਦਾ। ਪਰਮੇਸ਼ੁਰ ਦੇ ਤਾਲਬਾਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਕਮੀ ਨਹੀਂ। ਇੱਥੇ ਜਿਹੜਾ ਵਰਡ ਤਾਲਿਬ ਆ, ਜਦੋਂ ਅਸੀਂ ਹਿੰਦੀ 'ਚ ਦੇਖਾਂਗੇ ਉੱਥੇ ਲਿਖਿਆ ਪਰਮੇਸ਼ੁਰ ਦੇ ਜਿਹੜੇ ਖੋਜੀ ਆ ਉਹਨਾਂ ਨੂੰ ਕਿਸੇ ਚੰਗੀ ਚੀਜ਼ ਦੀ ਕਮੀ ਨਹੀਂ ਹੁੰਦੀ। ਵਚਨ 9:10 ਆਇਤ ਦੇ ਵਿੱਚ, ਯਹੋਵਾ ਕਾ ਭਏ ਮਾਨਣਾ ਬੁੱਧੀ ਕਾ ਆਰੰਭ ਹੈ, ਔਰ ਪਰਮ ਪਵਿੱਤਰ ਈਸ਼ਵਰ ਕੋ ਜਾਣਨਾ ਹੀ ਸਮਝ ਹੈ। ਮਤਲਬ ਸਮਝ ਵਾਲੀ ਗੱਲ ਇਹ ਆ ਕਿ ਅਸੀਂ ਪਰਮੇਸ਼ੁਰ ਨੂੰ ਜਾਣੀਏ। ਕੋਈ ਵਚਨ ਕਹਾਵਤਾਂ 18:15 ਪੜ੍ਹਨੇ, ਉਹਦੇ ਵਿੱਚ ਲਿਖਿਆ ਸਮਝ ਵਾਲੇ ਕਾ ਮਨ ਗਿਆਨ ਪ੍ਰਾਪਤ ਕਰਤਾ ਹੈ, ਔਰ ਬੁੱਧੀਮਾਨ ਗਿਆਨ ਕੀ ਬਾਤ ਕੀ ਖੋਜ ਮੇਂ ਰਹਿਤੇ ਹੈ। ਯਾਨੀ ਕਿ ਜਿਹੜਾ ਸਿਆਣਾ ਪੁਰਖ ਹੁੰਦਾ ਵਾ ਉਹ ਗਿਆਨ ਦੀ ਤਲਾਸ਼ ਦੇ ਵਿੱਚ ਲੱਗਾ ਰਹਿੰਦਾ, ਗਿਆਨ ਪ੍ਰਾਪਤ ਕਰਨ ਦੇ ਵਿੱਚ ਉਹ ਲੱਗਿਆ ਰਹਿੰਦਾ ਵਾ। ਇਸ ਕਰਕੇ ਜਿਹੜਾ ਇਨਸਾਨ ਸੱਚਾਈ ਨੂੰ ਜਾਣਦਾ ਵਾ ਜਾਂ ਉਹਨੂੰ ਜਾਣਨ ਵੱਲ ਅੱਗੇ ਵੱਧਦਾ ਵਾ,
ਜਿਹੜਾ ਇਨਸਾਨ ਪਰਮੇਸ਼ੁਰ ਦੀ ਖੋਜ ਦੇ ਵਿੱਚ, ਉਹਦੇ ਧਰਮ ਅਤੇ ਉਹਦੇ ਰਾਜ ਦੀ ਖੋਜ ਦੇ ਵਿੱਚ ਲੱਗਿਆ ਰਹਿੰਦਾ ਵਾ, ਉਹਨੂੰ ਦੁਨਿਆਵੀ ਚੀਜ਼ਾਂ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ, ਕਿਉਂਕਿ ਜਿਹੜੀ ਚੀਜ਼ ਕੋਲ ਹੋਵੇ ਨਾ ਇਨਸਾਨ ਉਹ ਨਹੀਂ ਮੰਗਦਾ, ਇਨਸਾਨ ਉਹ ਮੰਗਦਾ ਜਿਹੜੀ ਉਹਦੇ ਕੋਲ ਨਾ ਹੋਵੇ। ਇਸ ਕਰਕੇ ਜੇ ਸਾਰੀਆਂ, ਜੇ ਅਸੀਂ ਉਹਦੇ ਧਰਮ ਅਤੇ ਉਹਦੇ ਰਾਜ ਦੀ ਖੋਜ ਕਰਾਂਗੇ, ਫਿਰ ਇਹ ਸਾਰੀਆਂ ਚੀਜ਼ਾਂ ਸਾਨੂੰ ਦਿੱਤੀਆਂ ਜਾਣਗੀਆਂ, ਸਾਡੀ ਰੂਹ ਨੂੰ ਕੀ ਮਿਲੇਗੀ, ਨਜ਼ਾਤ ਮਿਲੇਗੀ, ਫਿਰ ਅਸੀਂ ਆਨੰਦਿਤ ਰਹਾਂਗੇ, ਹਮੇਸ਼ਾ ਅਸੀਂ ਖੁਸ਼ ਰਹਾਂਗੇ। ਜਿਸ ਤਰ੍ਹਾਂ ਲਿਖਿਆ ਵਾ, ਪ੍ਰਭੂ ਮੈਂ ਸਦਾ ਆਨੰਦਿਤ ਰਹੋ, ਮੈਂ ਫਿਰ ਕਹਿਤਾ ਹੂੰ ਆਨੰਦਿਤ ਰਹੋ। ਹੱਥ ਉਠਾ ਕੇ ਸਾਰੇ ਵਚਨਾਂ ਵਾਸਤੇ ਤਾਰੀਫ ਕਰਾਂਗੇ।